ਕੀਤਾ ਜਿੰਦਾਬਾਦ 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 ਪੰਜਾਬ ਹਰਿਆਣਾ ਭਾਈਚਾਰਾ ਜਿੰਦਾਬਾਦ 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 ਇਹ ਜਵਾਬ ਹੈ ਜੀ ਉਸ ਗੱਲ ਦਾ ਕਿ ਹਿੰਦੂ ਤੇ ਸਿੱਖ ਅਲੱਗ ਅਲੱਗ ਏਕਤਾ ਹਮੇਸ਼ਾ ਹੀ ਕਾਮਯਾਬ ਰਹੋ ਬਿਲਕੁਲ ਇਹ ਮੋਦੀ ਸਰਕਾਰ ਨਹੀਂ ਏਕਤਾ ਤੋਂ ਨੁਕਸਾਨ ਕੀਤਾ ਟਰੈਕਟਰਾਂ ਦੇ ਦਰਜਨਾਂ ਟਰੈਕਟਰ ਭੰਨ ਕੇ ਉਹਨਾਂ ਦੇ ਟਰੈਕਟਰ ਉਹਨਾਂ ਦੇ ਟਾਇਰ ਤੋੜੇ ਉਹਨਾਂ ਦੀਆਂ ਟੈਂਕੀਆਂ ਭੰਨੀਆਂ ਬੈਟਰੀਆਂ ਭੰਨੀਆਂ ਪਰ ਸਾਡੇ ਵੀਰਾਂ ਨੇ ਜਦੋਂ ਇਹਨਾਂ ਨੇ ਵੇਖਿਆ ਕਿ ਉਸ ਦਿਨ ਸਾਡੇ ਨਿਹੱਥੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਗੋਲੀਆਂ ਵਰਸਾਈਆਂ ਸਾਡੇ ਨਿਹੱਥੇ ਕਿਸਾਨਾਂ ਦੇ ਉੱਤੇ ਟਰਾਲੀਆਂ 'ਚ ਬੈਠੇ ਉਹਨਾਂ ਦੇ ਡਾਂਗਾਂ ਮਾਰੀਆਂ ਸਾਡਾ ਇੱਕ ਕਿਸਾਨ ਸਾਡਾ ਸ਼ਹੀਦ ਸ਼ੁਭਕਰਨ ਉਸ ਦਿਨ ਸ਼ਹੀਦ ਹੋਇਆ ਅਤੇ ਵੀਰਾਂ ਕੋਲੋਂ ਰਿਹਾ ਨਹੀਂ ਗਿਆ ਅਤੇ ਵੀਰ ਕਹਿੰਦੇ ਅਸੀਂ ਉਸ ਦਿਨ ਹੀ ਸੋਚ ਲਿਆ ਵੀ ਜੋ ਵੀ ਉੱਥੇ ਨੁਕਸਾਨ ਹੋਇਆ ਅਸੀਂ ਉਹ ਸਾਰੇ ਦੀ ਭਰਪਾਈ ਕਰਾਂਗੇ ਅਸੀਂ ਇਹਨਾਂ ਦੇ ਬੜੇ ਇਹਨਾਂ ਦੇ ਧੰਨਵਾਦੀ ਹਾਂ ਅਤੇ ਇੱਕ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦਾ ਵੀ ਜਿਹੜੀ ਇਹ ਮੋਦੀ ਸਰਕਾਰ ਧਰਮ ਦੀ ਰਾਜਨੀਤੀ ਕਰ ਰਹੀ ਹੈ ਇਹ ਸਾਡੇ ਵੀਰਾਂ ਨੇ ਉਸ ਏਕਤਾ ਦਾ ਸਬੂਤ ਦਿੱਤਾ ਵੀ ਸਾਨੂੰ ਇਹ ਸਾਡੇ ਟਰੈਕਟਰ ਬਣ ਸਕਦੇ ਆ ਸਾਡੇ ਤੇ ਸਾਡਾ ਸਾਨੂੰ ਇਹ ਗੋਲੀਆਂ ਨਾਲ ਸ਼ਹੀਦ ਕਰ ਸਕਦੇ ਆ ਪਰ ਸਾਡੀ ਏਕਤਾ ਨੂੰ ਭੰਗ ਨਹੀਂ ਕਰ ਸਕਦੇ ਕਿਉਂਕਿ ਅਸੀਂ ਪ੍ਰਾਤਨ ਵੇਲੇ ਤੋਂ ਜਿਹੜੀ ਹਿੰਦੂ ਸਿੱਖ ਏਕਤਾ ਚੱਲਦੀ ਆ ਰਹੀ ਹੈ ਉਹ ਸਾਡੀ ਏਕਤਾ ਮੋਦੀ ਨੇ ਦਿਖਾਉਣ ਦੇ ਨਾਲ ਟੀਵੀ ਤੇ ਦਿਖਾਉਣ ਦੇ ਨਾਲ ਭੰਗ ਨਹੀਂ ਹੋਣੀ ਜੋ ਸਾਡੀ ਅਸਲ ਦੇ ਵਿੱਚ ਗਰਾਊਂਡ ਜ਼ੀਰੋ ਆ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਕਿਸਾਨੀ ਦਾ ਧਰਨਾ ਚੱਲ ਰਿਹਾ ਕਿਉਂਕਿ ਮੋਦੀ ਦੇ ਵੱਲੋਂ ਇਸ ਧਰਨੇ ਨੂੰ ਬਦਨਾਮ ਕਰ ਲਈ ਇਹਨੂੰ ਵੱਖ ਵੱਖ ਤਰੀਕੇ ਨਾਲ ਲਿਆ ਜਾ ਰਿਹਾ ਵੀ ਉੱਥੇ ਤਾਂ ਅੱਤਵਾਦੀ ਬੈਠੇ ਨੇ ਉੱਥੇ ਤਾਂ ਖਾਲਿਸਤਾਨੀ ਬੈਠੇ ਨੇ ਸੋ ਇਹਨਾਂ ਵੀਰਾਂ ਨੇ ਇਹਨਾਂ ਦੇ ਅੰਦਰ ਜਨੂੰਨ ਪੈਦਾ ਹੋਇਆ ਅਤੇ ਇਹਨਾਂ ਨੇ ਬੀੜਾ ਲਿਆ ਵੀ ਕੱਲ੍ਹ ਸ਼ਾਮ ਤੱਕ ਜਿੰਨੇ ਵੀ ਟਰੈਕਟਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਚਾਹੇ ਉਹ ਟਾਇਰ ਪਾੜੇ ਨੇ ਚਾਹੇ ਕਿਸੇ ਦੀ ਬੈਟਰੀ ਦਾ ਕੋਈ ਨੁਕਸਾ ਜਾਂ ਟੂਪਾਂ ਦਾ ਕੋਈ ਨੁਕਸਾ ਅਸੀਂ ਸਾਰੇ ਟਰੈਕਟਰ ਤਿਆਰ ਕਰਕੇ ਜਿਹੜੀ ਮਨਸ਼ਾ ਨੇ ਟਰੈਕਟਰ ਰੋਕ ਕੇ ਗਏ ਸੀ ਅਸੀਂ ਦਿੱਲੀ ਵੱਲ ਨੂੰ ਇਹ ਟਰੈਕਟਰ ਦੁਬਾਰਾ ਤੋਰਾਂਗੇ ਜੋ ਲੋਕ ਕਹਿੰਦੇ ਨੇ ਹਿੰਦੂ ਇਹ ਜਵਾਬ ਹੈ ਜੀ ਉਸ ਗੱਲ ਦਾ ਕਿ ਹਿੰਦੂ ਤੇ ਸਿੱਖ ਅਲੱਗ ਅਲੱਗ ਨੇ ਇਸ ਤੋਂ ਵੱਧ ਕੇ ਇਸ ਸਾਰੇ ਧਰਮਾਂ ਦਾ ਇਹ ਹੈਗਾ ਤੇ ਇਹ ਜਿਹੜੀ ਇਹ ਤੁਸੀਂ ਗੱਲ ਕੀਤੀ ਵੀ ਇਹ ਇਕੱਲੇ ਸਿੱਖਾਂ ਦਾ ਹੈ ਇਹ ਜਿਹੜਾ ਧਰਨਾ ਹੈ ਪੂਰੇ ਦੇਸ਼ ਦਾ ਆ ਪੂਰੇ ਹਰੇਕ ਕਿਸਾਨ ਮਜ਼ਦੂਰ ਜਿਹੜਾ ਬੰਦਾ ਖੇਤੀ ਕਰਦਾ ਆ ਜਿਹਦੇ ਹੱਕ ਇਹ ਸਰਕਾਰ ਮਾਰ ਰਹੀ ਹੈ ਹਰੇਕ ਬੱਚਾ ਬੱਚਾ ਇਸ ਧਰਨੇ ਵਿੱਚ ਤੇ ਬੱਚੇ ਬੱਚੇ ਦਾ ਇਹ ਧਰਨਾ ਹੈ ਟਰੈਕਟਰਾਂ ਤੋਂ ਬਿਨਾਂ ਇਹਨਾਂ ਸਾਡੀਆਂ ਦਵਾਈਆਂ ਵਾਲੀਆਂ ਗੱਡੀਆਂ ਵੀ ਤੋੜੀਆਂ ਨੇ ਸਾਡੀਆਂ ਇਹਨਾਂ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਹੋ ਜੀ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਜੀ ਮੇਰੇ ਵੱਡੇ ਭਰਾ ਕਹਿ ਰਹੇ ਸੀਗੇ ਕਹਿੰਦੇ ਵੀ ਸਾਨੂੰ ਖਾਲਿਸਤਾਨੀ ਕਿਹਾ ਜਾਂਦਾ ਅੱਤਵਾਦੀ ਕਿਹਾ ਜਾਂਦਾ ਪਹਿਲਾਂ ਆਪਾਂ ਇਹ ਸੁਣਦੇ ਹੁੰਦੇ ਸੀ ਕਿ ਉਹ ਵਾਹਗਾ ਬਾਰਡਰ ਹੈ ਤੇ ਉਹ ਅਟਾਰੀ ਬਾਰਡਰ ਹੈ ਪਰ ਇਹਨਾਂ ਕੋਝੀਆਂ ਸਰਕਾਰਾਂ ਨੇ ਇਹ ਬਾਰਡਰ ਬਣਾ ਕੇ ਰੱਖ ਦਿੱਤਾ ਹੁਣ ਅਸੀਂ ਇਹ ਕਹਿੰਦੇ ਹਾਂ ਕਿ ਜੇ ਤੁਹਾਨੂੰ ਅਸੀਂ ਖਾਲਿਸਤਾਨੀ ਲੱਗਦੇ ਹਾਂ ਤਾਂ ਤੁਸੀਂ ਸਾਨੂੰ ਖਾਲਿਸਤਾਨ ਦਾ ਨਾਰਾ ਹੀ ਦੇ ਦਿਓ ਤੇ ਅਸੀਂ ਫਿਰ ਵੀ ਇਹਨਾਂ ਭਰਾਵਾਂ ਨਾਲ ਹੀ ਖੜਾਂਗੇ ਤੁਹਾਡੇ ਮਨ 'ਚ ਕਿਵੇਂ ਆਇਆ ਕਿ ਟਰੈਕਟਰਾਂ ਦੀ ਹੀ ਸੇਵਾ ਕਰਨੀ ਜੋ ਟਾਇਰ ਤੁਸੀਂ ਚੇਂਜ ਕਰਵਾ ਰਹੇ ਹੋ ਆਪਣੇ ਵੱਲੋਂ ਜਿਸ ਦਿਨ ਹਰਿਆਣਾ ਪੁਲਿਸ ਨੇ ਇੱਥੇ ਗੁੰਡਾਗਰਦੀ ਕੀਤੀ ਸੀ ਜੀ ਉਸ ਦਿਨ ਵੀ ਅਸੀਂ ਇੱਥੇ ਆਏ ਸੀ ਉਦੋਂ ਅਸੀਂ ਜੂਸ ਦੀਆਂ ਬੋਤਲਾਂ ਲੈ ਕੇ ਆਏ ਸੀ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਆਏ ਸੀ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਅਥਰੂ ਗੈਸ ਦੇ ਗੋਲੇ ਗੇਰੇ ਉਦੋਂ ਅਸੀਂ ਬਿਲਕੁਲ ਇੱਥੋਂ 10 ਫੁੱਟ ਦੀ ਦੂਰੀ ਤੇ ਖੜੇ ਸੀ ਉਹ ਦੇਖ ਕੇ ਸਾਡੀਆਂ ਅੱਖਾਂ 'ਚੋਂ ਪਾਣੀ ਆਇਆ ਸਾਡੇ ਲੂਹ ਕੰਡੇ ਖੜੇ ਹੋ ਗਏ ਕਿ ਯਾਰ ਇਹ ਤਾਂ ਬਹੁਤ ਧੱਕਾ ਹੋ ਰਿਹਾ ਉਹ ਇੱਥੇ ਹੀ ਰਿਹਾ
ਉਹਦੇ ਕਰਕੇ ਜਦੋਂ ਅਸੀਂ ਵਾਪਿਸ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਜਿੰਨੇ ਮੇਰੇ ਦੋਸਤ ਮੇਰੇ ਨਾਲ ਸੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੋ ਵੀ ਇੱਥੇ ਕੋਈ ਨੁਕਸਾਨ ਹੋਇਆ ਉਹਦਾ ਆਪਾਂ ਉਪਰਾਲਾ ਕਰਾਂਗੇ ਤੇ ਅਸੀਂ ਸਾਰੇ ਰਲ ਕੇ ਕਰ ਰਹੇ ਹਾਂ। ਇਹਨਾਂ ਤੇ ਅਸੀਂ ਮੈਕਸੀਕੋ ਕੰਧ ਟੱਪ ਕੇ ਜਾਂਦੇ ਹਾਂ ਜੇ ਸਾਨੂੰ ਗੈਰ ਅਨਲੀਗਲ ਤਰੀਕੇ ਨਾਲ ਜਾਂਦੇ ਹਾਂ ਉੱਥੋਂ ਦੀ ਸਰਕਾਰ ਸਾਨੂੰ ਗੋਲੀਆਂ ਤਾਂ ਨਹੀਂ ਮਾਰਦੀ ਉਹ ਸਾਡੇ ਤੇ ਕੇਸ ਚਲਾ ਕੇ ਸਾਨੂੰ ਉੱਥੇ ਪੱਕਿਆ ਕਰ ਦਿੰਦੀ ਹੈ ਰਹਿਣ ਵਾਸਤੇ ਦਿੰਦੀ ਸਾਰਾ ਕੁਝ ਕਰਦੀ ਉਹੀ ਤੇ ਇਸੇ ਦੇਸ਼ ਦੇ ਇਹਨਾਂ ਸਾਨੂੰ ਫੜ ਕੇ ਤੇ ਬਣਾ ਖਾਲਿਸਤਾਨੀ ਤੋਂ ਵੱਧ ਕਰਤਾ ਇੰਨੀਆਂ ਗੋਲੀਆਂ ਤੋਂ ਬਗਾਨਾ ਦੇਸ਼ ਨਹੀਂ ਮਾਰਦਾ ਚੀਨ ਵਾਲੇ ਬਾਰਡਰ ਵਾਲਾ ਕੰਮ ਕਰਤਾ ਸਾਡੇ।